ਮਤਲਬ ਹੈ ਉਹਦੇ ਹੁਕਮ ਦੇ ਵਿੱਚ ਹੀ ਆ। ਚਲੋ ਹੈਗਾ ਤਾਂ ਨਸ਼ਾ ਹੀ ਚਾਹ ਦੇ ਵਿੱਚ ਵੀ, ਹੋਰ ਕੀ ਆ ਬਾਣੀ ਪੜਿਆ ਕਰੋ, ਤੂੰ ਦਾੜਾ ਰੱਖ ਲਾ ਮੁੰਡਿਆ, ਚੰਗਾ ਸ਼ਾਬਾਸ਼ ਤੇਰੇ, ਹੈਂ ਦਾੜਾ ਰੱਖ। ਹੋਰ ਸਿੱਖਾਂ ਦੇ ਮੁੰਡੇ ਆਪਾਂ ਕਿਉਂ ਮਨਾਈਏ? ਦੇਖੋ ਤੁਹਾਨੂੰ ਕਿੰਨੀ ਚੜ੍ਹਦੀ ਕਲਾ ਹੋਊ ਤੁਹਾਡੀ। ਮੇਰੀ ਗੱਲ ਯਾਦ ਰੱਖਿਓ, ਐਤਵਾਰ ਲਿਖ ਲਓ, ਦਿਨ ਲਿਖ ਲਓ, ਤਰੀਕਾਂ ਲਿਖ ਲਓ, ਟਾਈਮ ਲਿਖ ਲਓ, ਤੁਹਾਨੂੰ ਕੋਈ ਕਮੀ ਆਉਣੀ ਹੋਈ ਨਹੀਂ ਤੁਹਾਨੂੰ, ਅਜੇ ਸਿੱਖੀ ਜਾਓਗੇ। ਮਾਰਨੇਗਾ ਸਾਫ਼ ਸੂਰਤ ਰੱਬ ਕੀ ਭੰਨੇ ਬੇਈਮਾਨ, ਉਹ ਬੇਈਮਾਨ ਹਨ ਜਿਹੜੀ ਭਗਵਾਨ ਦੀ ਵਸਤੂ ਦਿੱਤੀ ਹੋਈ ਨੂੰ ਕੱਟਦੇ ਆ, ਵੱਟਦੇ ਆ, ਮੁੰਨਦੇ ਆ। ਨਹੀਂ ਨਹੀਂ, ਆਪਾਂ ਸਿੱਖਾਂ ਦੇ ਪੁੱਤ ਵਾਂ, ਆਪਾਂ ਸ਼ੇਰ ਵਾਂ, ਆਪਾਂ ਦੁਆਰੇ ਨਾ ਗਿੱਦੜ ਬਣੀਏ ਮਨਾ ਕੇ। ਉਹ ਗਿੱਦੜ ਹੀ ਆ ਜਿਹੜਾ ਮਨਾਉਂਦਾ ਵਾ, ਉਹ ਸ਼ੇਰ ਨੀ ਗਾ, ਸ਼ੇਰ ਤਾਂ ਬਣਾਇਆ ਮਰਦ ਨੂੰ। ਹਾਂ ਨਹੀਂ, ਜਿੰਨੇ ਵੀ ਸਿੱਖਾਂ ਦੇ ਬੱਚੇ ਰੋਮ ਕਟਾਉਂਦੇ ਆ ਉਹ ਸਾਰੇ ਪਰਨ ਕਰਨ ਇੱਥੇ ਆਉਣ ਦਾ ਤਾਂ ਹੀ ਫਾਇਦਾ। ਤੁਸੀਂ ਸੋਨੇ ਦੀ ਇੱਟਾਂ ਚਾੜੀ, ਚਲੋ ਤੁਹਾਡੀ ਲੇਖੇ ਦੀ ਲੱਗਣੀਆਂ। ਦਾਨ ਸੇਵਾ ਯਾਤਰਾ ਤਾਂ ਲੱਗੂਗੀ ਜੇ ਗੁਰੂ ਵਾਲੇ ਬਣਨਗੇ। ਮਹਾਨ ਸਾਨੂੰ ਸਾਰੇ ਪਖੰਡਾਂ ਚੋਂ ਸਾਰੇ ਭੁਲੇਖਿਆਂ ਚੋਂ ਕੱਢ ਕੇ ਗੁਰੂ ਸਾਹਿਬ ਨੇ ਬੁੱਕ ਕੱਢਿਆ। ਕਿਉਂ ਬੁੱਕ ਕੱਢਿਆ? ਬਈ ਲੋਕੀ ਕਿਤੇ ਬੁੱਧੂ ਨਾ ਬਣ ਜਾਣ, ਜਿਹੜੇ ਬਣਾ ਰਹੇ ਬੁੱਧੂ ਸਾਨੂੰ ਅੱਜ ਕੱਲ੍ਹ ਕੱਚੇ ਪੱਲੇ ਸਾਹ ਸਾਨੂੰ ਬਣਾ ਰਹੇ ਆ ਨਾ। ਕੋਈ ਲੋੜ ਨੀ ਜੀ ਅੰਮ੍ਰਿਤ ਛਕਣ ਦੀ, ਕੋਈ ਲੋੜ ਨੀ ਡਾਹਾ ਪਾਉਣ ਦੀ, ਮਨ ਸਾਫ਼ ਚਾਹੀਦਾ। ਇਹ ਲੋਕ ਡਹੇ ਤਾਂ ਮੱਝਾਂ ਦੇ ਹੁੰਦੇ ਆ, ਇਹ ਲੋਕ ਕਿਰਪਾਨਾਂ ਨੂੰ ਡਹੇ ਦੱਸੀ ਜਾਂਦੇ ਆ ਮਹਾਰਾਜ ਨੂੰ, ਉਹਦਾ ਗਹਿਣੇ ਆ ਗੁਰੂ ਸਾਹਿਬ ਦੇ। ਮਾਨੇ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਉਤਾਰੀਆਂ। ਜਿਹੜੇ ਗੁਰਸਿੱਖ ਨੇ ਕਿਰਪਾਨ ਧਾਰਨ ਕੀਤੀ ਆ ਉਹਦੀ ਤੇ ਗੁਰੂ ਗੋਬਿੰਦ ਸਿੰਘ ਉਹਦੀ ਰੱਖਿਆ ਕਰਦੇ ਆ, ਉਹਦੀ ਮਦਦ ਕਰਦੇ ਆ, ਉਹਦੀ ਸਹਾਇਤਾ ਕਰਦੇ ਆ। ਕਿਰਪਾ ਦੀ ਨਿਸ਼ਾਨੀ ਆ ਕਿਰਪਾਨ, ਕਿਰਪਾ ਇਹ ਵਾਹਿਗੁਰੂ ਦੀ ਕਿਰਪਾ ਵਾ। ਜਿਹੜੇ ਗੁਰਸਿੱਖ ਨੇ ਕਕਾਰ ਪੰਜੇ ਕੱਕੇ ਧਾਰਨ ਕੀਤੇ ਹੋਏ ਨੇ, ਇਹ ਨਹੀਂ ਵੀ ਰਾਤ ਨੂੰ ਚੌੜਾ ਗਾਤਰਾ ਦਿਨੇ ਪਾ ਲਓ, ਰਾਤ ਨੂੰ ਸਰਹਣ ਥੱਲੇ ਲਾਹ ਕੇ ਰੱਖ ਦਿਓ, ਇਹ ਕੰਮ ਨਹੀਂ ਕਰਦਾ। ਕੇਸੀ ਇਸ਼ਨਾਨ ਕਰਨਾ ਲੱਕ ਨਾ ਸਜਾਓ, ਪਿੰਡੇ ਇਸ਼ਨਾਨ ਕਰਨਾ ਕੇਸਾਂ ਨਾ ਸਜਾਓ, ਸਰੀਰ ਤੋਂ ਸ਼ਾਸਤਰ ਪਰੇ ਨਾ ਕਰੋ। ਚਲੋ ਗ੍ਰਸਤੀ ਆ ਤੁਸੀਂ ਛੋਟੀ ਰੱਖ ਲਓ, ਬਾਣੀ ਵੱਡੀ ਨਾ ਰੱਖੋ, ਹੈ ਨਾ। ਨਹੀਂ ਛੋਟੀ ਪਾ ਲਓ, ਕੋਈ ਡਰ ਨੀ, ਡੋਰੀ ਵਾਲੀ ਪਾ ਲਓ। ਹਾਂ ਡੋਰੀ ਵਾਲੀ ਪ੍ਰਾਪਤ ਹੋਵੇ, ਸਰਬਲੋਧੀ ਹੋਵੇ, ਜਿਹੜੀ ਹਜ਼ੂਰ ਸਾਹਿਬ ਦੀਆਂ ਕਿਰਪਾਨਾਂ ਬਣੀਆਂ ਨੇ ਨਾ ਡੋਡੀ ਵਾਲੀਆਂ, ਉਹ ਚ ਸਰਾਗ ਡੋਡੀ ਵਾਲੀ ਭਾਰੀ ਹੁੰਦੀ ਕਿਰਪਾਨ, ਉਹਦੇ ਨਾਲ ਭੋਗ ਲੱਗਦਾ। ਮਹਾਰਾਜ ਨੇ ਕਿਹਾ ਸਰਬਲੋਕ ਹੀ ਰੱਖਿਆ ਹਮ ਨੇ, ਜਿਹੜੇ ਗੁਰਸਿੱਖ ਨੇ ਸਰਬਲੋਕ ਧਾਰਨ ਕੀਤਾ ਨਾ ਉਹਦੀ ਦਸੇ ਪਾਸੇ ਰੱਖਿਆ ਕਰਦੇ ਆ, ਉਹਦੀ ਮਦਦ ਕਰਦੇ ਆ, ਨਾਲੇ ਭੋਗ ਤਾਂ ਲੱਗਣਾ ਹੀ ਕਿਰਪਾਨ ਸਰਬਲੋ ਦੀ, ਨਾ ਸੋਨੇ ਦੀ, ਨਾ ਚਾਂਦੀ ਦੀ, ਨਾ ਸਟੀਲ ਦੀ, ਨਾ ਗਿਲਡ ਦੀ, ਨਾ ਸਿਲਵਰ ਦੀ, ਨਾ ਭੋਗ ਲੱਗਦਾ ਹੀ ਨਹੀਂ, ਭੋਗ ਲੱਗਦਾ ਹੀ ਕਿਰਪਾਨ ਸਰਬਲੋ ਦੀ। ਮਾਨੇ ਸਰਬਲੋ ਗ੍ਰੰਥ ਚ ਵੱਡਾ ਦੱਸਿਆ ਨਾ ਸਰਬਲੋ ਨੂੰ, ਮੇਨ ਦੱਸਿਆ ਉਹਨਾਂ ਨੇ। ਬਾਕੀ ਚੜ੍ਹਦੀ ਕਲੀ ਆ ਕੋਈ ਨੀ, ਤੁਸੀਂ ਅਰਦਾਸ ਕਰੀ ਚਲੋ, ਨਿਤਨੇਮ ਕਰੀ ਚਲੋ, ਮਾਰ ਨੂੰ ਬੇਨਤੀ ਕਰੀ ਚਲੋ, ਜਿਹਨਾਂ ਨੇ ਨਹੀਂ ਅੰਮ੍ਰਿਤ ਛਕਿਆ ਉਹ ਅਰਦਾਸ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਮੈਂ ਕਹਿੰਦਾ ਅੰਮ੍ਰਿਤ ਲੇਟ ਸਕ ਲੋ ਪਰ ਦਾੜੀ ਕਸਮ ਲਾਉਣੇ ਬੰਦ ਕਰ ਦੋ। ਅੰਮ੍ਰਿਤ ਭਾਵੇਂ ਲੇਟ ਸਕ ਲੋ, ਤੁਸੀਂ ਸ਼ਰਾਬ ਵੀ ਹੌਲੀ ਹੌਲੀ ਛੱਡ ਦਿਓ ਪਰ ਦਾੜੀ ਕਸਮ ਪਹਿਲਾਂ ਰੱਖ ਲਓ, ਸਿੱਖੀ ਚ ਆ ਜਾਓ ਪਹਿਲਾਂ, ਫਿਰ ਆਪੇ ਮਹਾਰਾਜ ਜੋੜ ਲੈਣਗੇ, ਰਸਤਾ ਮਿਲੀ ਜਾਊਗਾ। ਤੁਸੀਂ ਕਹਿੰਦਾ ਭਾਈ ਸਾਰੀ ਸ਼ਰਾਬ ਨਾ ਪੀਆ ਕਰ, ਇਹਨਾਂ ਨੇ ਕਹਿੰਦਾ ਤੂੰ ਹੱਡੀ ਨਾ ਚੱਬਿਆ ਕਰ, ਹੈਂ ਇਹਨਾਂ ਨੇ ਕਹਿੰਦਾ ਵੀ ਤੂੰ ਠੇਕੇ ਮੂਹਰੇ ਰੱਖਿਆ ਕਰ, ਤੇਰੀ ਨੀਲੀ ਪੱਗ ਬੰਨੀ ਆ, ਇਹਨੂੰ ਕਹਿੰਦਾ ਵੀ ਤੂੰ ਕੇਸਰੀ ਪੱਗ ਬੰਨੀ ਆ, ਤੇਰਾ ਮਤਲਬ ਕੀ ਕਿਸਾਈਆਂ ਨਾਲ, ਸਾਡਾ ਕੀ ਮਤਲਬ ਹੱਡੀਆਂ ਦੇ ਨਾਲ, ਇਹ ਹੰਸਾਂ ਦੇ ਖਾਣੇ ਥੋੜੇ ਆ, ਇਹ ਤਾਂ ਬਗਲਿਆਂ ਦੇ ਖਾਣੇ ਆ। ਕਸਾਈ ਪਣਾ ਕਰਨਾ, ਜਿਹੜੀ ਹੰਸਾਂ ਦੀ ਖੁਰਾਕ ਆ ਉਹ ਨਾਮ ਜਪ ਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ, ਬੱਚੇ ਆਪੇ ਦੇਵਤੇ ਬਣਨਗੇ, ਆਗਿਆਕਾਰੀ ਬਣਨਗੇ, ਹੁਕਮ ਮੰਨਣਗੇ। ਗਾਲਾਂ ਬੱਚੇ ਉਦੋਂ ਕੱਢਦੇ ਆ ਜਦੋਂ ਅਸੀਂ ਗਾਲਾਂ ਕੱਢ ਕੇ ਅੰਨ ਪਕਾਉਂਦੇ ਆ, ਰੋਟੀਆਂ ਪਕਾਉਂਦੇ ਆ, ਨੰਗੇ ਸਿਰ ਬਣਾਉਣੀ ਜੁੱਤੀਆਂ ਪਾ ਕੇ ਬਣਾਉਂਦੇ ਆ, ਸਾਰੀ ਗੰਦਗੀ ਲੱਗੀ ਦੀ ਜੁੱਤੀਆਂ ਨੂੰ ਸਾਰੇ ਸ਼ਹਿਰ ਦੀਆਂ ਘੁੰਮ ਕੇ ਆਉਂਦੀਆਂ, ਉਵੇਂ ਜੁੱਤੀਆਂ ਆਪਾਂ ਚੌਂਕੇ 'ਚ ਵਾੜ ਲੈਂਦੇ ਹਾਂ, ਇਹ ਪੈਦਾ ਕੀ ਰਹਿਣੀ।
ਬਰਕਤ ਪਵਿੱਤਰਤਾ ਸੁੱਚਮ ਮਾਨੇ ਸੁੱਚਮ ਨੂੰ ਵੱਡਾ ਮੰਨਿਆ। ਲੰਗਰ ਦੀ ਬੁਰਕੀ ਬੁਰਕੀ ਨੂੰ ਤਰਸਦੇ ਹਾਂ ਆਪਾਂ, ਕਿਉਂ ਤਰਸਦੇ ਹਾਂ ਕਿ ਭੋਗ ਲੱਗਿਆ ਹੁੰਦਾ ਇਹ 'ਚ, ਕਿਰਪਾਨ ਭੇਟਾ ਹੋਈ ਹੁੰਦੀ ਅਤੇ ਘਰ 'ਚ ਵੀ ਨੂਣ ਵੀ ਉਹੀ ਆ, ਮਿਰਚਾਂ ਵੀ ਉਹੀ ਆ, ਮਸਾਲੇ ਵੀ ਉਹੀ, ਆਟਾ ਵੀ ਉਹੀ ਆ, ਪਰਾਤਾਂ ਭਾਂਡੇ ਵੀ ਉਹੀ ਆ, ਹੱਥ ਪੈਰ ਵੀ ਉਹੀ ਆ, ਪਰ ਗੱਲ ਨਹੀਂ ਬਣਦੀ। ਉਹ ਗੱਲ ਕਿਵੇਂ ਬਣੂਗੀ, ਕਿਉਂਕਿ ਆਪਾਂ ਦੇਖਿਆ ਜੀ ਨੰਗਾ ਸਿਰ ਵਾ, ਜੋੜਾ ਪਾਇਆ, ਚੌਂਕੇ 'ਚ ਬੂਥਾ ਸਵਾਹ ਭਰਿਆ ਹੋਇਆ, ਨਾ ਸਵਾਹ ਕੱਢੀ ਚੁੱਲ੍ਹੇ ਦੀ, ਨਾ ਲਿਪਿਆ, ਨਾ ਲੈਣਾ, ਨਾ ਦੇਣਾ, ਉਹਦੇ ਫਲਾਨਿਆਂ ਚਗਲਾ ਲਿਆਈ, ਉਹ ਬੇਲਣਾ ਲਿਆਈ, ਨਹੀਂ ਨਹੀਂ ਬੁੜੀਆਂ ਚੱਕੇ ਬੇਲਣੇ ਚੱਕੇ ਮਾਰਦੀਆਂ, ਕਹਿੰਦੀਆਂ ਚਗਲਾ ਹੀ ਮਾਰੀ ਜਾ ਕੇ ਬੁੜੀਆਂ। ਕ੍ਰੋਧ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਟਾਲੇ। ਮਨ ਹੈ ਕਾਮ ਵੀ ਮਾਰਦਾ, ਕ੍ਰੋਧ ਵੀ ਮਾਰਦਾ, ਲੋਭ ਵੀ ਮਾਰਦਾ, ਹੰਕਾਰ ਵੀ ਮਾਰਦਾ। ਜੇ ਤੁਸੀਂ ਵਾਹਿਗੁਰੂ ਜਾਪ ਕਰਕੇ ਆਟਾ ਗੁੰਨੋਗੇ ਨਾ